ਦੋਸਤੋ, ਪੱਕਾ ਦਰਵਾਜ਼ਾ ਪਿੰਡ ਮੋਹੀ ਜਿਹੜੀ ਬੀ ਟੀਮ ਅੱਜ ਇੱਥੇ ਆਲ੍ਹਣੇ ਲਾਉਣ ਦੀ ਸ਼ੁਰੂਆਤ ਕਰ ਰਹੀ ਹੈ। ਬਹੁਤ ਹੀ ਇਤਿਹਾਸਕ ਦਰਵਾਜ਼ਾ, ਬਹੁਤ ਹੀ ਖੂਬਸੂਰਤ ਦਰਵਾਜ਼ਾ, ਪਿੰਡ ਦੀ ਸ਼ਾਨ, ਪੱਕਾ ਦਰਵਾਜ਼ਾ, ਬੜੀਆਂ ਸ਼ਾਨਦਾਰ ਇਹਦੇ 'ਤੇ ਖੂਬਸੂਰਤ ਕਲਾਕ੍ਰਿਤਾਂ ਬਣੀਆਂ ਹੋਈਆਂ। 1926 ਬਿਕਰਮੀ ਸੰਮਤ ਤਕਰੀਬਨ 1869 ਈਸਵੀ ਦਾ ਜਿਹੜਾ ਬਣਿਆ ਹੋਇਆ ਦਰਵਾਜ਼ਾ ਇਹ। ਪਿੰਡ ਵਾਲਿਆਂ ਨੇ ਘੜੀ ਵੀ ਲਾਈ ਹੋਈ ਹੈ ਬਿਲਕੁਲ ਦਰਵਾਜ਼ੇ ਦੇ ਸਿਰੇ 'ਤੇ। ਸਰਦ ਮਨ ਮੋਹ ਲੈਂਦੀਆਂ ਜਿਹੜੀਆਂ ਇਹ ਕੁਦਰਤੀ ਕਲਾ, ਜਿਹੜੀਆਂ ਕਲਾਕ੍ਰਿਤਾਂ ਬਣੀਆਂ ਹੋਈਆਂ, ਕੁਦਰਤੀ ਨਹੀਂ ਮਨੁੱਖੀ ਕਲਾਕ੍ਰਿਤਾਂ, ਬਹੁਤ ਹੀ ਖੂਬਸੂਰਤ। ਜਿਹੜੀ ਪਿੰਡ ਦੀ ਸੱਥ ਹੈ ਇਹ, ਸ਼ਾਮ ਨੂੰ ਪੂਰੀ ਰੌਣਕ ਸੀ ਇੱਥੇ, ਸਵੇਰੇ ਸਵੇਰੇ ਵੀ। ਹੁਣ ਥੋੜ੍ਹਾ ਜਿਹਾ ਲੇਟ ਹੋ ਗਏ, ਹੁਣ ਜਿਹੜੇ ਚਲੇ ਗਏ ਬਜ਼ੁਰਗ ਇੱਥੇ। ਬਹੁਤ ਹੀ ਖੂਬਸੂਰਤ ਇੱਥੇ ਸਾਂਝਾ ਸਥਾਨ ਆ, ਆਹ ਜਿਹੜਾ ਥੜਾ ਬਣਿਆ ਬਾਹਰ, ਪੂਰੀਆਂ ਰੌਣਕਾਂ ਲੱਗਦੀਆਂ ਇੱਥੇ ਨਾਲ ਬੈਠਣ ਨੂੰ। ਇੱਧਰਲੇ ਪਾਸੇ ਵੀ ਥੜਾ, ਦੋਵੇਂ ਪਾਸੇ ਬੜੇ ਸਿਸਟਮੈਟਿਕ ਢੰਗ ਨਾਲ ਬਣਿਆ ਹੋਇਆ ਦਰਵਾਜ਼ਾ ਇਹ, ਅਤੇ ਨਾਲ ਉੱਪਰ ਛੱਤ 'ਤੇ ਜਾਣ ਲਈ ਪੌੜੀਆਂ ਗੇਟ। ਇੱਕ ਵਾਰੀ ਦੂਰੋਂ ਸਾਰਾ ਇਹਦਾ ਦਰਵਾਜ਼ੇ ਦਾ ਵਿਊ ਦਿਖਾਉਂਦਾ ਤੁਹਾਨੂੰ। ਪੱਕਾ ਦਰਵਾਜ਼ਾ ਪਿੰਡ ਮੋਹੀ। ਹੁਣ ਆਪਾਂ ਚੱਲਦੇ ਹਾਂ ਦਰਵਾਜ਼ੇ ਦੇ ਅੰਦਰਲੇ ਪਾਸੇ। ਜਿਹੜਾ ਇਹ ਸਾਂਝਾ ਸਥਾਨ ਪਿੰਡ ਵਾਲਿਆਂ ਦੇ ਬਹਿਣ ਵਾਸਤੇ ਬੜੀ ਵਧੀਆ ਜਿਹੜਾ ਤਰੀਕੇ ਨਾਲ ਬਣਾਇਆ ਜਾਂਦਾ ਸੀ ਪਹਿਲਾਂ, ਹਰ ਸਹੂਲਤ ਸੀ ਇੱਥੇ। ਇੱਕ ਚੀਜ਼ ਜਿਹੜੀ ਮੈਂ ਇੱਥੇ ਫੀਲ ਕਰ ਸਕਦਾ ਉਹ ਤੁਹਾਨੂੰ ਮੈਂ ਦੱਸਦਾ, ਬਈ ਜਦੋਂ ਇਹ ਦਰਵਾਜ਼ੇ ਦੇ ਅੰਦਰ ਚਲੇ ਜਾਂਦੇ ਹਾਂ, ਕੁਦਰਤੀ ਇੱਕ ਤਾਂ ਹਵਾ ਵਗਣ ਲੱਗ ਪੈਂਦੀ ਹੈ, ਬਾਰੀਆਂ ਇਸ ਹਿਸਾਬ ਨਾਲ ਰੱਖੀਆਂ ਹੋਈਆਂ ਇਹਨਾਂ ਦੀਆਂ, ਸਾਰੇ ਪਾਸੇ ਪੱਕੇ ਦਰਵਾਜ਼ੇ ਦੇ ਬਾਰੀਆਂ ਦੋਵੇਂ ਪਾਸੇ। ਅਤੇ ਜਿਹੜਾ ਖਾਸ ਚੀਜ਼ ਜਿਹੜੀ ਹੁਣ ਤੁਸੀਂ ਦੇਖਣ ਜਾ ਰਹੇ ਹੋ, ਉਹ ਹੈਗਾ ਇਸ ਦਰਵਾਜ਼ੇ ਦੇ ਅੰਦਰ ਪਿਆ ਤਖ਼ਤ ਪੋਸ਼। ਇਹ ਲਗਭਗ 150 ਸਾਲ ਪੁਰਾਣਾ ਤਖ਼ਤ ਪੋਸ਼। ਬਹੁਤ ਮਜ਼ਬੂਤ ਤਖ਼ਤ ਪੋਸ਼ ਤੇ ਆਪਣੇ ਆਲ੍ਹਣੇ ਵੀ। ਇੱਧਰ ਜਿਹੜੇ ਬੀਟ ਸੁਸਾਇਟੀ ਦੇ ਮੈਂਬਰ, ਜਿਹੜੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਨਾਲ ਆਲ੍ਹਣੇ ਟੰਗਣ ਦਾ ਕੰਮ ਚੱਲ ਰਿਹਾ। ਮੋਹੀ ਸਾਹਿਬ ਆਪਣੇ ਪਿੰਡ ਦੇ ਵਿੱਚ ਆਲ੍ਹਣਿਆਂ ਦਾ ਪ੍ਰੋਜੈਕਟ ਸ਼ੁਰੂ ਕਰ ਰਹੇ ਆ ਜੀ ਅੱਜ। ਲਓ ਜੀ, ਗੁਰਸੇਵਕ ਸਿੰਘ ਬਾਈ ਬਿਸ਼ਨਾ ਆਪਣੇ ਇੱਕ ਆਲ੍ਹਣਾ ਉਹਨੇ ਟੰਗ ਤਾ ਪਹਿਲਾਂ ਤੇ ਆ ਦੂਜਾ। ਹਾਂ ਬਈ, ਹੋ ਗਿਆ ਬਈ, ਦੇਖੋ ਜੀ
ਬੈਕ ਸਾਈਡ 'ਤੇ ਆਲ੍ਹਣਾ ਟੰਗਿਆ ਗਿਆ ਦਰਵਾਜ਼ੇ ਦੇ। ਇੱਧਰ ਇਸ ਤਰ੍ਹਾਂ ਦੇ ਪਿੰਡ ਦੇ ਵਿੱਚ ਪੰਜ ਦਰਵਾਜ਼ੇ ਹੋਰ ਆ, ਪਿੰਡ ਦੀਆਂ ਐਂਟਰੀਆਂ ਪੰਜ ਹੀ ਆ ਨਾ। ਹਾਂ, ਪੰਜ ਦਰਵਾਜ਼ੇ ਹੋ ਗਏ ਪਿੰਡ ਦੇ ਵਿੱਚ ਟੋਟਲ। ਹਾਂ, ਇਹ ਪਹਿਲਾ ਜਿਹੜਾ ਅੱਜ ਆਲ੍ਹਣਾ, ਜਿਹੜੇ ਇੱਥੋਂ ਪੱਕੇ ਦਰਵਾਜ਼ੇ ਤੋਂ ਸ਼ੁਰੂ ਕੀਤੇ ਆ, ਹੋਰਾਂ ਦਰਵਾਜ਼ਿਆਂ 'ਤੇ ਵੀ ਜਾਂਦੇ ਆ। ਹਾਂ, ਇੱਕ ਮੋਰੀ ਵਾਲਾ ਦਰਵਾਜ਼ਾ, ਇੱਕ ਨਾਂ ਦੱਸੋ ਗਗਨ ਸਾਰੇ ਦਰਵਾਜ਼ਿਆਂ ਦੇ ਪਿੰਡ ਦੇ ਵਿੱਚ। ਹਜੇ ਵੀ ਇਹਦੀ ਜਿਹੜੀ ਮਜ਼ਬੂਤੀ, 150 ਸਾਲ ਪੁਰਾਣਾ ਦਰਵਾਜ਼ਾ ਅਤੇ ਮਜ਼ਬੂਤੀ ਹਜੇ ਵੀ ਪੂਰੀ ਬਰਕਰਾਰ। ਮਜਾਲ ਹੈ, ਇੱਕ ਇੱਟ ਵੀ ਇਹਦੇ 'ਚ ਨਿਕਲ, ਤਖਤਪੋਸ਼ ਵੀ 150 ਸਾਲ ਪੁਰਾਣਾ। ਇੱਕ ਦਰਵਾਜ਼ੇ ਦੇ ਨਾਲ ਇੱਧਰ ਕੋਈ ਰੂਮ ਬਣਾਇਆ ਹੋਇਆ ਵਿੱਚ ਜਾ ਕੇ। ਮਹਿਸੂਸ ਹੁੰਦਾ ਜਿਵੇਂ ਬਾਹਰ ਇੰਨੀ ਗਰਮੀ ਆ, ਇੱਥੇ ਗਰਮੀ ਮਹਿਸੂਸ ਨਹੀਂ ਹੁੰਦੀ ਦਰਵਾਜ਼ੇ 'ਚ ਬਿਲਕੁਲ ਵੀ। ਦਰਵਾਜ਼ੇ ਦੇ ਅੰਦਰ ਇਹ ਪੁਰਾਣੇ ਰੋਸ਼ਨਦਾਨ, ਜਿੱਥੇ ਇਹਨਾਂ ਰੋਸ਼ਨਦਾਨਾਂ ਦੇ ਜੇ ਘਟਣ ਨਾਲ ਹੀ ਜਿਹੜੇ ਆਲ੍ਹਣਿਆਂ ਦੀ ਜ਼ਿਆਦਾ ਜ਼ਰੂਰਤ ਪਈ ਇਹਨਾਂ ਸਥਾਨਾਂ 'ਤੇ। ਦੇਖੋ, ਆਲਰੇਡੀ ਇੱਥੇ ਆਲ੍ਹਣੇ ਆ ਪੰਛੀਆਂ ਦੇ ਇਹਨਾਂ ਰੋਸ਼ਨਦਾਨਾਂ ਦੇ ਵਿੱਚ। ਜਿਹੜੀ ਪੁਰਾਣੀਆਂ ਇਮਾਰਤਾਂ ਤੁਸੀਂ ਕੋਈ ਵੀ ਦੇਖੋਗੇ, ਉਹਦੇ ਵਿੱਚ ਰੋਸ਼ਨਦਾਨਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਸੀ। ਇੱਕ ਤਾਂ ਜਿਹੜੇ ਹਵਾ ਦੀ ਕਰੋਸਿੰਗ, ਹੁਣ ਅੱਜ ਕੱਲ੍ਹ ਦੀ ਜਿਹੜੀਆਂ ਬਿਲਡਿੰਗ ਦਾ ਨਿਰਮਾਣ ਹੋ ਰਿਹਾ, ਉਹ ਸਾਰੀਆਂ AC ਦੇ ਨੂੰ ਮੁੱਖ ਰੱਖ ਕੇ ਬਣਾਈਆਂ ਜਾ ਰਹੀਆਂ। ਰੋਸ਼ਨਦਾਨ ਖਤਮ ਕਰ ਦਿੱਤੇ ਗਏ, ਨਵੀਆਂ ਜਿਹੜੇ ਜਿੰਨੇ ਆਰਕੀਟੈਕਟ ਨਵੇਂ ਆ, ਰੋਸ਼ਨਦਾਨ ਨਹੀਂ ਕੋਈ ਵੀ ਦਿਓ। ਉੱਚੀਆਂ ਉੱਚੇ ਸ਼ੀਸ਼ੇ ਲਾ ਕੇ ਅਤੇ ਅੰਦਰ ਜਿਹੜੇ AC ਲੱਗੇ ਆ, ਅਤੇ ਲਗਭਗ 50 ਦੇ ਕਰੀਬ ਪ੍ਰਜਾਤੀਆਂ ਪੰਛੀਆਂ ਦੀਆਂ ਜਿਹੜੀਆਂ ਇਹਨਾਂ ਥਾਵਾਂ 'ਤੇ ਆਲ੍ਹਣਾ ਬਣਾਉਂਦੀਆਂ, ਉਹਨਾਂ ਲਈ ਆਪਾਂ ਜਿਹੜੇ ਥਾਂ ਬੰਦ ਕਰਤੇ। ਅਤੇ ਇੱਕ ਵਾਰ ਫਿਰ ਤੁਸੀਂ ਤਖਤਪੋਸ਼, ਕਿਆ ਸ਼ਾਨਦਾਰ ਦੇਖੋ। ਹੁਣ ਆਪਾਂ ਅਸੀਂ ਦੋਸਤੋ ਦੂਸਰੇ ਦਰਵਾਜ਼ੇ 'ਤੇ ਜਾ ਰਹੇ ਹਾਂ, ਉਹ ਵੀ ਕੋਸ਼ਿਸ਼ ਕਰਾਂਗੇ ਲਾਈਵ ਹੋਣ ਦੀ। ਤਦ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ।